ਦੋਸਤੋ ਵਜੀਕਰਨ ਨੁਸਖੇ ਦੇ ਵਿੱਚ ਪੈਣ ਵਾਲੀਆਂ ਕੀਮਤੀ ਜਿਹੜੀ ਬੂਟੀਆਂ ਤੁਹਾਨੂੰ ਦਿਖਾਵਾਂ, ਜਿਹੜੀਆਂ ਕਿ ਇੰਪੋਟੈਂਸੀਆ ਲਈ, ਰਿਕਟਾਈਲ ਡਿਸਫੰਕਸ਼ਨ ਲਈ, ਪ੍ਰੀ ਮਚੋਰ ਇਜੈਕੂਲੇਸ਼ਨ, ਇੰਪੋਟੈਂਸੀ ਅਤੇ ਹਰ ਤਰ੍ਹਾਂ ਦੇ ਵਿਨੀਰਲ ਡਿਸੀਜ਼ ਦਾ ਖਾਤਮਾ ਕਰਦਾ ਹੈ। ਇਹ ਨੁਸਖਾ ਪੈਨਿਸ ਦੇ ਰਿਕਟਾਈਲ ਟਿਸ਼ੂਆਂ ਨੂੰ ਤਾਕਤ ਪ੍ਰਦਾਨ ਕਰਦਾ ਹੈ। ਟੈਸਟੋਸਟੀਰੋਨ ਹਾਰਮੋਨ ਲੈਵਲ ਨੂੰ ਅਪ ਕਰਦਾ ਹੈ। ਟੈਸਟਿਸ ਨੂੰ ਤਾਕਤ ਪ੍ਰਦਾਨ ਕਰਕੇ ਲੋ ਸਪਰਮ ਕਾਊਂਟ ਨੂੰ ਅਪ ਕਰਦਾ ਹੈ। ਕਮਜ਼ੋਰ ਸ਼ੁਕਰਾਣੂਆਂ ਨੂੰ ਤਾਕਤਵਰ ਬਣਾਉਂਦਾ ਹੈ, ਜਿਸ ਨਾਲ ਸਪਰਮਾਂ ਦੀ ਗਿਣਤੀ ਵੱਧ ਜਾਂਦੀ ਹੈ, ਵੀਰਜ ਸੰਘਣਾ ਹੋ ਜਾਂਦਾ ਹੈ। ਬੇ ਔਲਾਦ ਮਰਦਾਂ ਲਈ ਇਹ ਵਜੀਕਰਨ ਨੁਸਖਾ ਵਰਦਾਨ ਸਾਬਤ ਹੋ ਸਕਦਾ ਹੈ। ਇਸ ਨਾਲ ਪ੍ਰੋਸਟੇਟ ਗਲੈਂਡ ਅਤੇ ਸੈਮੀਨਲ ਵੈਸੀਕਲ ਗ੍ਰੰਥੀ ਨੂੰ ਤਾਕਤ ਮਿਲਦੀ ਹੈ, ਜੋ ਵੀਰਜ ਵਿੱਚ ਵਾਧਾ ਕਰਕੇ ਪਤਲੇ ਵੀਰਜ ਨੂੰ ਸੰਘਣਾ ਕਰਦੀ ਹੈ ਅਤੇ ਵੀਰਜ ਦਾ ਬਲ ਵਧਾਉਂਦੀ ਹੈ। ਇਹ ਔਸ਼ਧੀ ਘੱਟ ਗਏ ਸਟੈਮਿਨੇ ਨੂੰ ਵਧਾ ਕੇ ਪਰਫੋਰਮੈਂਸ ਵਿੱਚ ਵਾਧਾ ਕਰਦੀ ਹੈ। ਉਮਰ ਭਾਵੇਂ ਕਿੰਨੀ ਵੀ ਹੋਵੇ, ਸਰੀਰ ਵਿੱਚ ਜੋਸ਼, ਜਵਾਨੀ ਅਤੇ ਕਾਮ ਸ਼ਕਤੀ ਪੈਦਾ ਕਰਦੀ ਹੈ। ਕਾਮ ਦੀ ਇੱਛਾ ਸ਼ਕਤੀ ਵੱਧ ਜਾਂਦੀ ਹੈ, ਘੱਟ ਗਈ ਮਰਦਾਨਾ ਸ਼ਕਤੀ ਅਤੇ ਘੱਟ ਗਏ ਟਾਈਮ ਪੀਰੀਅਡ ਨੂੰ ਵਧਾਉਂਦੀ ਹੈ। ਵਜੀਕਰਨ ਨੁਸਖੇ ਵੱਧਦੀ ਉਮਰ ਨੂੰ ਕੰਟਰੋਲ ਕਰਕੇ ਜਵਾਨੀ ਵਰਗਾ ਅਹਿਸਾਸ ਕਰਾਉਂਦੇ ਹਨ। ਦੋਸਤੋ, ਕਈ ਸੱਜਣ ਜਿਨਸੀ ਸ਼ਕਤੀ ਖਤਮ ਹੋਣ ਤੇ ਸ਼ਾਦੀ ਤੋਂ ਡਰਨ ਲੱਗਦੇ ਆ, ਹਨੀਮੂਨ ਜਾਂ ਵਿਵਾਹਿਤ ਜੀਵਨ ਨੂੰ ਦੈਂਤ ਸਮਝਣ ਲੱਗ ਜਾਂਦੇ ਆ। ਵਿਆਹ, ਸ਼ਾਦੀ ਅਤੇ ਹਨੀਮੂਨ ਦੋ ਰੂਹਾਂ ਦਾ ਪਵਿੱਤਰ ਮੇਲ ਹੈ ਦੋਸਤੋ, ਇਸ ਤੋਂ ਡਰਨਾ ਤੇ ਘਬਰਾਉਣਾ ਨਹੀਂ ਚਾਹੀਦਾ। ਸਾਡੇ ਆਯੁਰਵੈਦਿਕ ਨੁਸਖਿਆਂ ਨਾਲ ਆਪਣੇ ਵਿਵਾਹਿਤ ਜੀਵਨ ਨੂੰ ਸਫਲ ਬਣਾਓ ਅਤੇ ਵੱਧਦੀ ਉਮਰ ਵਿੱਚ ਵੀ ਜਵਾਨੀ ਵਰਗਾ ਜੋਸ਼ ਪ੍ਰਾਪਤ ਕਰੋ ਅਤੇ ਆਪਣੇ ਹਨੀਮੂਨ ਨੂੰ ਸਫਲ ਬਣਾਓ। ਇਹ ਨੁਸਖਾ ਬਚਪਨ ਦੀਆਂ ਗਲਤੀਆਂ ਕਾਰਨ ਆਈ ਕਮਜ਼ੋਰੀ ਨੂੰ ਸਦਾ ਲਈ ਖਤਮ ਕਰਕੇ ਮਰਦਾਨਾ ਸ਼ਕਤੀ ਵਿੱਚ ਵਾਧਾ ਕਰਦਾ ਹੈ। ਗੁਪਤ ਇੰਦਰੀ ਦੀਆਂ ਢਿੱਲੀਆਂ ਜਾਂ ਕਮਜ਼ੋਰ ਨਸਾਂ ਵਿੱਚ ਖੂਨ ਦਾ ਪ੍ਰਵਾਹ ਸਹੀ ਕਰਕੇ ਗੁਪਤ ਇੰਦਰੀ ਦੇ ਇਰੀਕਟਾਈਲ ਟਿਸ਼ੂਆਂ ਦਾ ਬੈਲੈਂਸ ਸਹੀ ਰੱਖਦਾ ਹੈ, ਜਿਸ ਨਾਲ ਗੁਪਤ ਇੰਦਰੀ ਵਿੱਚ ਤਾਕਤ ਬਣੀ ਰਹਿੰਦੀ ਹੈ। ਗੁਪਤ ਇੰਦਰੀ ਦੀਆਂ ਕਮਜ਼ੋਰ ਹੋ ਚੁੱਕੀਆਂ ਮਾਸਪੇਸ਼ੀਆਂ ਅਤੇ ਕਮਜ਼ੋਰ ਨਸਾਂ ਪੱਠਿਆਂ ਵਿੱਚ ਦੁਬਾਰਾ ਤੋਂ ਤਾਕਤ ਪੈਦਾ ਹੋ ਜਾਂਦੀ ਹੈ। ਸ਼ੂਗਰ ਨਾਲ ਹੋਈ ਸੈਕਸ ਕਮਜ਼ੋਰੀ ਨੂੰ ਖਤਮ ਕਰਦਾ ਹੈ ਇਹ ਵਜੀਕਰਨ ਨੁਸਖਾ। ਇਸ ਵਜੀਕਰਨ ਨੁਸਖੇ ਨਾਲ ਵੱਧਦੀ ਉਮਰ ਵਾਲੇ ਮਰਦਾਂ ਵਿੱਚ ਨੌਜਵਾਨਾਂ ਵਰਗੀ ਸ਼ਕਤੀ ਪੈਦਾ ਹੋ ਜਾਂਦੀ ਹੈ ਅਤੇ ਕਮਜ਼ੋਰ ਮਰਦ ਹਰ ਉਮਰ ਵਿੱਚ ਸਰੀਰਕ ਸੁੱਖ ਮਾਣ ਸਕਦਾ ਹੈ, ਕਿਉਂਕਿ ਇਸ ਵਜੀਕਰਨ ਔਸ਼ਧੀ ਨਾਲ ਜਿਨਸੀ ਸ਼ਕਤੀ ਅਤੇ ਸਰੀਰਕ ਬਲ ਬਹੁਤ ਵੱਧ ਜਾਂਦਾ ਹੈ। ਚਿਹਰੇ ਦੀ ਚਮਕ ਦਮਕ ਵੱਧ ਜਾਂਦੀ ਹੈ, ਚਿਹਰੇ ਤੇ ਲਾਲੀ ਅਤੇ ਗਲੋ ਆ ਜਾਂਦੀ ਹੈ, ਉਮਰ ਲੰਬੀ ਹੁੰਦੀ ਹੈ ਇਸ ਵਜੀਕਰਨ ਨੁਸਖੇ ਨਾਲ। ਹੋਰ, ਇਸ ਔਸ਼ਧੀ ਨਾਲ ਸਰੀਰ ਵਿੱਚੋਂ ਆਲਸ, ਸੁਸਤੀ, ਥਕਾਵਟ ਅਤੇ ਚਿੜਚਿੜਾਪਨ ਖਤਮ ਹੋ ਜਾਂਦਾ ਹੈ, ਦਿਮਾਗ ਤੇਜ਼ ਹੋ ਜਾਂਦਾ ਹੈ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ, ਸਰੀਰਕ, ਮਾਨਸਿਕ, ਦਿਮਾਗੀ ਸ਼ਕਤੀ ਅਤੇ ਸੈਕਸ ਸ਼ਕਤੀ ਵਿੱਚ ਵਾਧਾ ਹੋ ਜਾਂਦਾ ਹੈ। ਸ਼ੀਘਰ ਪਤਨ, ਧਾਂਤ, ਛੁੱਪਣ ਦੋਸ਼, ਮਸਾਨੇ ਵਿੱਚ ਗਰਮੀ, ਪਿਸ਼ਾਬ ਰੋਗ ਅਤੇ ਪਤਲੇ ਵੀਰਜ ਨੂੰ ਸੰਘਣਾ ਕਰਦਾ ਹੈ ਇਹ ਨੁਸਖਾ। ਜੋ ਸੱਜਣ 100 ਸਾਲ ਦੀ ਉਮਰ ਤੱਕ ਜਵਾਨੀ ਵਰਗਾ ਆਨੰਦ ਲੈਣਾ ਚਾਹੁੰਦੇ ਆ, ਸਾਡੇ ਬਣਾਏ ਹੋਏ ਸ਼ੁੱਧ ਅਤੇ ਕੀਮਤੀ ਵਾਜੀਕਰਨ ਰਸਾਇਣ ਨੁਸਖਿਆਂ ਦਾ ਇਸਤੇਮਾਲ ਕਰਨ ਅਤੇ ਜੀਵਨ ਦਾ ਪੂਰਾ ਪੂਰਾ ਆਨੰਦ ਲੈਣ। ਸਾਡੇ ਸਪੈਸ਼ਲ ਨੁਸਖੇ ਆਯੁਰਵੈਦਿਕ ਜੜੀ ਬੂਟੀਆਂ, ਭਸਮਾਂ ਰਸ ਅਤੇ ਕਈ ਕੀਮਤੀ ਸ਼ੁੱਧ ਔਸ਼ਧੀਆਂ ਪਾ ਕੇ ਤਿਆਰ ਕੀਤੇ ਜਾਂਦੇ ਆ, ਜਿਨ੍ਹਾਂ ਵਿੱਚ ਅਸੀਂ ਕਸਤੂਰੀ ਪਾਉਂਦੇ ਹਾਂ, ਸ਼ੁੱਧ ਸ਼ਿਲਾਜੀਤ, ਸੋਨਾ ਭਸਮ, ਮੋਤੀ ਪਿਸਤੀ, ਕੇਸਰ, ਹੀਰਾ ਭਸਮ, ਅੰਬਰ, ਅਸ਼ਵਗੰਧਾ ਅਤੇ ਜਾਰਸਾ ਗੁੰਬਾ ਵਰਗੀਆਂ ਕਈ ਹੋਰ ਕੀਮਤੀ ਆਯੁਰਵੈਦਿਕ ਜੜੀ ਬੂਟੀਆਂ ਦਾ ਇਸਤੇਮਾਲ ਕਰਦੇ ਹਾਂ। ਦੋਸਤੋ, ਇਹ ਨੁਸਖਾ ਸਪੋਰਟਸਮੈਨਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਸਾਬਤ ਹੋਇਆ। ਪਿਛਲੇ ਕਈ ਸਾਲਾਂ ਤੋਂ ਕਈ ਸਪੋਰਟਸਮੈਨ ਸਾਡੇ ਕੋਲੋਂ ਲੈ ਕੇ ਇਸ ਨੁਸਖੇ ਨੂੰ ਇਸਤੇਮਾਲ ਕਰਦੇ ਆ, ਕਿਉਂਕਿ ਇੱਕ ਤੇ ਇਹ ਨੁਸਖਾ ਡੋਪ ਟੈਸਟ ਵਿੱਚ ਨਹੀਂ ਆਉਂਦਾ, ਇਹ ਪਿਓਰ ਆਯੁਰਵੈਦਿਕ ਔਸ਼ਧੀ ਆ ਤੇ ਇਹਦਾ ਅਸਰ ਬੜੀ ਜਲਦੀ ਹੁੰਦਾ ਤੇ ਬੜੇ ਲੰਮੇ ਸਮੇਂ ਤੱਕ ਰਹਿੰਦਾ ਹੋਇਆ ਅਸਰ। ਇਸ ਨੁਸਖੇ ਦੇ ਨਾਲ ਸਰੀਰਕ ਬਲ, ਫੁਲਾਦੀ ਜਿਗਰ, ਭਰਪੂਰ ਮਰਦਾਨਾ ਸ਼ਕਤੀ, ਜੋਸ਼, ਜਵਾਨੀ, ਚੰਗੀ ਸਿਹਤ ਤੇ ਸ਼ਾਨਦਾਰ ਦਿੱਖ, ਸੁੰਦਰ ਤੇ ਸੰਡੋਲ
ਸਰੀਰ, ਕੱਦ ਲੰਬਾ ਚੌੜਾ, ਜੁੱਸਾ, ਚਿਹਰੇ ਤੇ ਗਲੋ, ਭਰਪੂਰ ਜਵਾਨੀ ਦਾ ਆਨੰਦ, ਲੰਬੀ ਉਮਰ, ਭਰਪੂਰ ਮਰਦਾਨਾ ਸ਼ਕਤੀ, ਤਿੱਖੀ ਬੁੱਧੀ, ਤੇਜ ਜਾਚ ਸ਼ਕਤੀ ਅਤੇ ਬਾਡੀ ਦੇ ਸਾਰੇ ਔਰਗਨਾਂ ਨੂੰ ਤਾਕਤ ਪ੍ਰਦਾਨ ਕਰਦਾ ਹੈ ਇਹ ਨੁਸਖਾ। ਇਸ ਲਈ ਸਪੋਰਟਸਮੈਨਾਂ ਲਈ ਇਹ ਨੁਸਖਾ ਬਹੁਤ ਵਧੀਆ। ਬਾਕੀ ਦੋਸਤੋ, ਇਸ ਨੁਸਖੇ ਨੂੰ ਹਰ ਕੋਈ ਕਿਸੇ ਵੀ ਉਮਰ ਵਿੱਚ ਖਾ ਸਕਦਾ ਵਾ। ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਵਧੀਆ, ਉਹਨਾਂ ਨੂੰ ਬੜੀ ਜਲਦੀ ਅਸਰ ਕਰਦਾ। ਕੋਈ ਵੀ ਉਮਰ ਹੋਵੇ, ਕਿਸੇ ਵੀ ਉਮਰ ਵਿੱਚ ਇਸ ਨੁਸਖੇ ਨੂੰ ਖਾਧਾ ਜਾ ਸਕਦਾ ਵਾ। ਬਹੁਤ ਵਧੀਆ ਔਸ਼ਧੀ ਆ। ਮੈਂ ਤੁਹਾਡਾ ਦੋਸਤ ਡਾਕਟਰ ਤਰਸੇਮ ਸਿੰਘ ਗੋਲਨ, ਤੁਸੀਂ ਦੇਖ ਰਹੇ ਜੇ ਆਯੁਰਵੈਦਾ ਡਾਕਟਰ ਗੋਲਨ ਚੈਨਲ। ਦੋਸਤੋ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ। ਦੋਸਤੋ, ਇਸ ਨੁਸਖੇ ਚ ਪੈਣ ਵਾਲੀਆਂ ਔਸ਼ਧੀਆਂ ਦੇ ਤੁਹਾਨੂੰ ਨਾਂ ਦੱਸਾਂ, ਨਾਲੇ ਜਾਣ ਪਹਿਚਾਣ ਕਰਾਵਾਂ। ਉਹਦੇ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਦੋਸਤੋ, ਸਾਡੀਆਂ ਨਕਲਾਂ ਕਰਨ ਵਾਲਿਆਂ ਤੋਂ ਬਚੋ। ਹਮੇਸ਼ਾ ਮੈਡੀਸਨ ਉਸ ਕੋਲੋਂ ਲੈਣੀ ਚਾਹੀਦੀ ਹੈ ਜਿਸ ਡਾਕਟਰ ਵੈਦ ਹਕੀਮ ਨੇ ਡਿਗਰੀ ਕੀਤੀ ਹੋਵੇ, ਤੇ ਡਿਗਰੀ ਕਰਨ ਤੋਂ ਬਾਅਦ ਚ ਵੀ ਉਹਦਾ 15-20 ਸਾਲ ਦਾ, 10 ਸਾਲ ਦਾ ਵੀ ਤਜਰਬਾ ਹੋ ਜਾਵੇ, ਇੰਨੀ ਉਹਦੀ ਪ੍ਰੈਕਟਿਸ ਹੋ ਜਾਵੇ, ਤੇ ਤੁਹਾਡੇ ਲਈ ਚੰਗਾ ਵਾ। ਇਸ ਲਈ ਮੈਡੀਸਨ ਲੈਣ ਤੋਂ ਪਹਿਲਾਂ ਅਸਲੀ ਵੈਦ ਹਕੀਮ ਤੇ ਡਾਕਟਰ ਦੀ ਪਹਿਚਾਣ ਕਰ ਲੈਣੀ ਬਹੁਤ ਜ਼ਰੂਰੀ ਆ, ਨਹੀਂ ਤੇ ਤੁਹਾਡੀ ਸਿਹਤ ਲਈ ਹਾਨੀਕਾਰਕ ਜਾਂ ਜਾਨਲੇਵਾ ਸਾਬਤ ਵੀ ਹੋ ਸਕਦਾ ਵਾ। ਮੁੜ ਕੇ ਬੰਦਾ ਤਾਕਤ ਹਾਸਲ ਕਰਦਾ ਕਰਦਾ ਸਾਰੀ ਉਮਰ ਲਈ ਆਪਣੀ ਤਾਕਤ ਪਹਿਲੀ ਵੀ ਗਵਾ ਬਹਿੰਦਾ ਵਾ। ਆਪਣਾ ਇਲਾਜ ਉਹਦੇ ਕੋਲੋਂ ਕਰਵਾਓ ਜਿਸ ਵੈਦ ਹਕੀਮ ਨੇ ਡਿਗਰੀ ਕੀਤੀ ਆ। ਦੋਸਤੋ, ਡਿਗਰੀ ਕਰਕੇ ਜਿਸ ਬੰਦੇ ਦਾ 10-15-20 ਸਾਲ ਦਾ ਤਜਰਬਾ ਵਾ, ਫਿਰ ਜਾ ਕੇ ਡਾਕਟਰ ਬਣਦਾ। ਮੇਰਾ ਦੋਸਤੋ ਆਯੁਰਵੈਦਾ ਦੇ ਵਿੱਚ 30 ਸਾਲ ਦਾ ਤਜਰਬਾ ਹੋ ਚੁੱਕਾ ਵਾ, ਮਤਲਬ 30 ਸਾਲ ਹੋ ਗਏ ਆ ਮੈਨੂੰ ਆਯੁਰਵੈਦਾ ਦਾ ਕੰਮ ਕਰਦਿਆਂ ਨੂੰ, ਆਪਣੀ ਜਿਹੜੀ ਆ ਪ੍ਰੈਕਟਿਸ ਕਰਦਿਆਂ ਨੂੰ। ਆਪਣਾ ਇਲਾਜ ਉਸ ਕੋਲੋਂ ਕਰਾਓ ਜਿਸ ਡਾਕਟਰ ਨੇ ਡਿਗਰੀ ਕੀਤੀ ਆ, ਜਿਸ ਡਾਕਟਰ ਦਾ 15-20-10 ਸਾਲ ਦਾ ਹੀ ਹੋਵੇ ਭਾਵੇਂ, ਤਜਰਬਾ ਹੋ ਚੁੱਕਾ ਵਾ। ਦੋਸਤੋ, ਮੈਂ ਤੁਹਾਡਾ ਦੋਸਤ ਡਾਕਟਰ ਤਰਸੇਮ ਸਿੰਘ ਗੋਲਨ। ਆਯੁਰਵੈਦਿਕ ਦੇ ਬਾਰੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ, ਕੋਈ ਤੁਹਾਨੂੰ ਨੁਸਖਾ ਚਾਹੀਦਾ ਵਾ, ਕੋਈ ਜੜੀ ਬੂਟੀ ਚਾਹੀਦੀ ਆ, ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ। ਤਰਨ ਤਾਰਨ ਤੋਂ ਇਲਾਵਾ ਪੰਜਾਬ ਦੇ ਵਿੱਚ ਸਾਡੀਆਂ ਹੋਰ ਵੀ ਦੁਕਾਨਾਂ ਵਾ, ਜਿਸ ਤਰ੍ਹਾਂ ਕਿ ਸੋਮਵਾਰ ਕੋਟਕਪੁਰਾ ਵਾ, ਮੰਗਲਵਾਰ ਮੋਗਾ ਵਾ, ਬੁੱਧਵਾਰ ਜੀਰਾ ਤੇ ਵੀਰਵਾਰ ਜਗਰਾਓ। ਸਾਡੀਆਂ ਆਪਣੀਆਂ ਦੁਕਾਨਾਂ ਹਰ ਜਗ੍ਹਾ ਤੇ 30-30 ਸਾਲ ਮੈਨੂੰ ਪ੍ਰੈਕਟਿਸ ਕਰਦੇ ਨੂੰ ਹੋਏ ਆ। ਦੋਸਤੋ, ਹੁਣ ਦੋਸਤੋ ਕੀਮਤੀ ਔਸ਼ਧੀਆਂ ਦੇ ਤੁਹਾਨੂੰ ਨਾਂ ਦੱਸਦਾ ਜਿਹੜੀਆਂ ਇਸ ਨੁਸਖੇ ਵਿੱਚ ਪਾਈਆਂ ਗਈਆਂ। ਕੁਝ ਕੁ ਜੜੀਆਂ ਬੂਟੀਆਂ ਸਾਹਮਣੇ ਜਿਹੜੀਆਂ ਤੁਹਾਨੂੰ ਇਹ ਦਿਖਾ ਸਕਦਾ, ਇਹ ਦੋਸਤੋ ਜੁੰਦ ਬਦਸਤਰ ਆ, ਇਹ ਅਸਲੀ ਕਸਤੂਰੀ ਆ। ਦੋਸਤੋ ਇਹ ਜਾਰਸਾ ਗੁੰਬਾ, ਜਿਹਨੂੰ ਕੀੜਾ ਜੜੀ ਵੀ ਕਹਿ ਦਿੰਦੇ ਆ। ਇਹ ਦੋਸਤੋ ਲੋਹ ਭਸਮ ਆ। ਇਹ ਦੋਸਤੋ ਸਵਰਨ ਭਸਮ, ਜਿਹਨੂੰ ਸੋਨਾ ਭਸਮ ਵੀ ਕਹਿੰਦੇ ਆ। ਤੇ ਇਹ ਦੋਸਤੋ ਅਕਰਕਰਾ ਵਾ, ਇਰਾਨੀ। ਇਹ ਹਰੀ ਇਲਾਚੀ ਆ। ਇਹ ਰੋਮੀ ਮਸਤਗੀ ਆ। ਇਹ ਵਧੀਆ ਕੇਸਰ ਹੈ। ਇਹ ਤਵਾਸ਼ੀਰ ਹੈ ਦੋਸਤੋ, ਓਰੀਜਿਨਲ। ਦੋਸਤੋ ਇਹ ਅੰਬਰ ਆ, ਇਹਦੀ ਚੰਗੀ ਤਰ੍ਹਾਂ ਪਹਿਚਾਣ ਕਰੋ, ਇਹ ਹੁੰਦਾ ਜੇ ਓਰੀਜਿਨਲ ਅੰਬਰ। ਇਹ ਅਕਰਕਰਾ ਇਰਾਨੀ, ਇਹ ਸਾਲਬ ਮਿਸ਼ਰੀ, ਸਾਲਮ ਪੰਜਾ। ਦੋਸਤੋ ਇਸ ਵੀਡੀਓ 'ਚ ਸਿਰਫ ਮੈਂ ਤੁਹਾਨੂੰ ਇੰਨੀਆਂ ਕੀ ਦਵਾਈਆਂ ਦਿਖਾ ਸਕਦਾ, ਬਾਕੀ ਇਹਦੇ ਵਿੱਚ ਹੋਰ ਕਾਫੀ ਚੀਜ਼ਾਂ ਪਈਆਂ ਵਾ। ਅਤੇ ਇਹ ਨੁਸਖਾ ਬਹੁਤ ਵਧੀਆ ਵਾ, ਕਿਸੇ ਵੀ ਸੱਜਣ ਨੂੰ ਇਹ ਨੁਸਖਾ ਚਾਹੀਦਾ। ਦੇਸ਼ ਵਿਦੇਸ਼ ਦੇ ਵਿੱਚ ਸਾਡੇ ਨਾਲ ਸਾਡੇ ਨੰਬਰਾਂ 'ਤੇ ਸੰਪਰਕ ਕਰੋ। ਸਾਡੇ ਕੋਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਵਾਈ ਭੇਜਣ ਦਾ ਪੂਰਾ ਪ੍ਰਬੰਧ ਆ। ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਬਾਹਰ ਦਵਾਈਆਂ ਭੇਜਦੇ ਹਾਂ। ਕਿਸੇ ਵੀਰ ਨੂੰ ਕੋਈ ਜੜੀ ਬੂਟੀਆਂ ਵੀ ਚਾਹੀਦੀਆਂ, ਚਾਹੇ ਕੋਈ ਨੁਸਖਾ ਤਿਆਰ ਆਪ ਕਰਾਉਣਾ ਵਾ ਜਾਂ ਸਾਡੇ ਕੋਲੋਂ ਕੋਈ ਨੁਸਖਾ ਲੈਣਾ ਬਣਿਆ ਬਣਾਇਆ, ਚਾਹੇ ਚਵਨਪ੍ਰਾਸ਼ ਲੈਣਾ ਸਾਡੇ ਕੋਲੋਂ, ਸਾਡੇ ਨਾਲ ਸਾਡੇ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਜੇ। ਦੋਸਤੋ ਇਹ ਨੁਸਖੇ ਨੂੰ ਕੰਪਲੀਟ ਨਹੀਂ ਸਮਝ ਲੈਣਾ, ਇਸ ਨੁਸਖੇ ਦੇ ਵਿੱਚ ਭਸਮਾਂ ਪਈਆਂ।
ਇਹ ਆਮ ਅਣਜਾਣ ਡਾਕਟਰ ਵੈਦ ਹਕੀਮ ਇਹਨੂੰ ਨਹੀਂ ਬਣਾ ਸਕਦਾ, ਇਸ ਲਈ ਇਸ ਨੁਸਖੇ ਨੂੰ ਉਨਾ ਕੀ ਦੱਸਿਆ ਗਿਆ ਵਾ ਜਿੰਨਾ ਕਿ ਹਰ ਬੰਦੇ ਨੂੰ ਸਮਝ ਲੱਗ ਜਾਵੇ। ਦੋਸਤੋ, ਸਾਡੀਆਂ ਨਕਲਾਂ ਕਰਨ ਵਾਲਿਆਂ ਤੋਂ ਬਚੋ।